ਆ ਗਿਆ ਜੀ ਨਿਊ ਹੋਲੈਂਡ ਦਾ ਸੁਪਰ 3630 ਟਰੈਕਟਰ, ਹਾਰਨ ਬਾਹਰ ਹੀ ਲਾ ਰੱਖਿਆ ਬਾਈ ਨੇ, ਐਕਸਟਰਾ 2 ਲੱਗੇ ਹੋਏ ਨੇ, 14 ਮਾਡਲ ਹੈ, ਟੌਪ ਮਾਡਲ ਦੇ ਵਿੱਚ ਆ, 475 ਡਿਮਾਂਡ ਹੈ, ਅਤੇ ਪਾਵਰ ਸਟੇਅਰਿੰਗ ਆ, ਟਾਇਰ ਨਵੇਂ ਨੇ, ਠੀਕ ਹੈ ਜੀ। ਜੇ ਟਾਇਰਾਂ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਬੇਦਾਗ, ਬੇਕੱਟ ਜਮਾਂ ਕੋਈ ਕੱਟ ਵਗੈਰਾ ਨਹੀਂ ਹੈਗਾ, ਆ ਜਿਹੜੀ ਇਹਦੇ ਉਵੇਂ ਹੀ ਨੇ, ਵੈਸੇ ਹੀ ਨੇ, ਕੋਈ ਇਹ ਨਹੀਂ ਹੈਗਾ ਵੀ ਘੱਟ ਹੈ, ਡਿਜ਼ਾਈਨ ਹੈ ਕੰਪਨੀ ਵੱਲੋਂ। ਅਤੇ ਜੇ ਗੱਲ ਕਰੀਏ ਸਪੀਡ ਦੀ, ਹਾਈ ਲੋ ਮੀਡੀਅਮ ਟਰੈਕਟਰ ਹੈ, ਡਬਲ ਡਿਸਟ੍ਰੀਬਿਊਟਰ ਹੈ, ਸਾਈਡ ਜੈਕ ਲੱਗਾ ਆਉਂਦਾ ਪਰ ਇਹਦੇ ਨਹੀਂ ਲੱਗਾ ਹੋਇਆ ਜੈਕ, ਠੀਕ ਹੈ ਜੀ, ਕਿਸੇ ਨਿਊ ਹੋਲੈਂਡ ਦੇ ਨਹੀਂ ਵੀ ਲੱਗਾ। ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ, ਅਤੇ ਲਾਈਕ ਸ਼ੇਅਰ ਕਰ ਦਿਉ ਵੀਡੀਓ ਨੂੰ, ਕਿਉਂਕਿ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ, ਮੰਡੀ ਅੱਜ ਭਰੀ ਹੋਈ ਹੈ ਜੀ ਰਾਈਟਰਾਂ ਨਾਲ, ਅਤੇ ਸਾਰੇ ਰਾਈਟਰ ਦਿਖਾਵਾਂਗੇ, ਅਤੇ ਨੰਬਰ ਸਕਰੀਨ ਦੇ ਉੱਤੇ ਚਾਲੂ ਹੁੰਦੇ ਨੇ, ਜਿਨ੍ਹਾਂ ਨੇ ਲੈਣਾ ਉਹ ਨੰਬਰਾਂ 'ਤੇ ਫੋਨ ਕਰ ਸਕਦੇ ਆ ਬਾਈ ਨੂੰ, ਠੀਕ ਹੈ ਜੀ। ਅਤੇ ਨਿਊ ਹੋਲੈਂਡ ਦਾ ਸਾਰਾ ਸਟੋਕ ਦਿਖਾਉਣ ਲੱਗੇ ਹਾਂ, ਇੱਕ ਵਾਢੇ ਤੋਂ ਮੰਨ ਲਓ ਇੱਕ ਨੰਬਰ ਤੋਂ ਲੈ ਕੇ ਸਾਰੇ ਨਿਊ ਹੋਲੈਂਡ ਚੱਲਣਗੇ ਪਹਿਲਾਂ, ਉਸ ਤੋਂ ਬਾਅਦ ਜੌਂਡੀਅਰ, ਕਪੋਟਾ ਇੱਧਰਲੀ ਸਾਈਡ, ਅਰਜਨ, ਅਤੇ ਸਾਰੀ ਦੂਜੀ ਵੀਡੀਓ 'ਚ ਉਹ ਕਵਰ ਕੀਤੇ ਜਾਣਗੇ। ਜੇ ਨਿਊ ਹੋਲੈਂਡ ਲੈਣਾ ਉਹਨਾਂ ਲਈ ਖਾਸ ਵੀਡੀਓ ਹੈ, ਕਿਉਂਕਿ ਕਮੈਂਟ ਬਹੁਤ ਜ਼ਿਆਦਾ ਆਉਂਦੇ ਨੇ, ਅਤੇ ਬਾਕੀ ਆਪਾਂ ਜਿੰਨੀਆਂ ਵੀਡੀਓ ਪਾਉਣੇ ਆ ਅਤੇ ਲਗਭਗ ਹੁੰਦੀਆਂ ਪ੍ਰਮੋਸ਼ਨਲ ਨੇ, ਕੁਛ ਕੁਛ ਵਿੱਚ ਨੋਨ ਪ੍ਰਮੋਸ਼ਨਲ ਵੀ ਹੁੰਦੀਆਂ ਨੇ। ਜੇ ਕਿਸੇ ਨੇ ਐਡ ਲਵਾਉਣੀ ਹੈ ਤਾਂ ਆਪਣਾ ਨੰਬਰ ਦਿੱਤਾ ਹੁੰਦਾ ਸਕਰੀਨ 'ਤੇ, ਉਹ ਫ੍ਰੀ ਐਡ, ਠੀਕ ਹੈ, ਜੋ ਫੋਟੋਆਂ ਭੇਜੇਗਾ ਉਹਨਾਂ ਲਈ ਐਡ ਫ੍ਰੀ ਹੈ। ਅਤੇ ਫਤਿਹਾਬਾਦ ਦੀ ਮੰਡੀ, ਹਰਿਆਣੇ ਦੀ ਮੰਡੀ, ਦਿਨ ਐਤਵਾਰ ਲੱਗਦੀ ਹੈ ਜੀ। ਨਿਊ ਹੋਲੈਂਡ 5500 ਟਰਬੋ ਸੁਪਰ ਦੇ ਨਾਲ ਆਉਂਦਾ ਜੀ, ਠੀਕ ਹੈ। ਅਤੇ ਜੇ ਕਿਸੇ ਰਾਈਟਰ ਦਾ ਰੇਟ ਨਹੀਂ ਵਿੱਚ ਹੈਗਾ, ਉਹ ਤੁਸੀਂ ਫੋਨ ਕਰਕੇ ਪੁੱਛ ਸਕਦੇ ਜੇ, ਮਾਡਲ ਵਿੱਚ ਜ਼ਰੂਰ ਦੱਸਾਂਗੇ ਲਗਭਗ ਜਿੰਨਾ ਵੀ ਹੋਇਆ। ਚਾਰੇ ਤਾਂ ਟਾਇਰ ਨਵੇਂ ਨੇ ਜੀ, 5500 ਦੇ ਉੱਤੇ ਛੱਤਰੀ ਲੱਗੀ ਹੈ, LED ਲੱਗੀ ਹੈ ਜੀ ਜੇ ਗੱਲ ਕਰੀਏ। ਅਤੇ ਮਾਡਲ ਦੀ ਗੱਲ ਕਰੀਏ, 12 ਮਾਡਲ ਹੈ, ਪਾਵਰ ਸਟੇਅਰਿੰਗ ਟਰੈਕਟਰ ਹੈ, 475,000 ਰੁਪਇਆ ਡਿਮਾਂਡ ਹੈ, ਅਗਲੇ ਬੰਨੇ ਵੇਟ ਵੀ ਲੱਗਾ ਹੋਇਆ ਜੀ, ਠੀਕ ਹੈ ਟਰੈਕਟਰ ਦੇ। ਅਤੇ ਜਿਹੜੇ ਹਿੱਟ ਗਾਰਡ ਨੇ ਉਹ ਲੋਹੇ ਵਾਲੇ ਲੱਗੇ ਹੋਏ ਨੇ ਪਹਿਲਾਂ ਦੇ। ਅਤੇ ਜੇ ਸਪੀਡ ਦੀ ਗੱਲ ਕਰੀਏ, ਹਾਈ ਲੋ ਮੀਡੀਅਮ ਟਰੈਕਟਰ ਹੈ ਜੀ, ਅਤੇ ਰੰਗ ਰੋਗਨ ਤੁਹਾਡੇ ਸਾਹਮਣੇ ਕਿੰਨਾ ਸਾਫ਼ ਪਿਆ ਤੁਹਾਨੂੰ ਪਤਾ, ਮਾਡਲ ਦੇ ਹਿਸਾਬ 'ਤੇ, ਕਿਉਂਕਿ ਮਾਡਲ ਦੇ ਹਿਸਾਬ 'ਤੇ ਹਮੇਸ਼ਾ ਰੰਗ ਰੋਗਨ ਮਿਲਦਾ ਹੁੰਦਾ। ਚਾਰੇ ਟਾਇਰ ਨਵੇਂ ਨੇ, ਘੱਟੋ ਘੱਟ 1,00,000 ਰੁਪਏ ਦੇ ਟਾਇਰ ਨੇ, ਠੀਕ ਹੈ ਜੀ। 3 ਸਪੀਡ ਰਾਈਟਰ ਹੈ, 475 ਡਿਮਾਂਡ ਆ, ਬਾਕੀ ਮੌਕੇ 'ਤੇ ਘਾਟਾ ਵਾਧਾ ਹੋ ਜਾਂਦਾ ਜੀ, ਹਮੇਸ਼ਾ ਤੁਹਾਨੂੰ ਦੱਸੀਦਾ ਮੌਕੇ 'ਤੇ ਘਾਟਾ ਵਾਧਾ ਹੋ ਜਾਂਦਾ। ਅਗਲਾ ਟਰੈਕਟਰ ਹੈਗਾ ਨਿਊ ਹੋਲੈਂਡ 3630, ਵੀਡੀਓ ਨੂੰ ਸ਼ੇਅਰ ਕਰ ਦਿਉ, ਸਾਰੇ ਲੋਕਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਜੀ। ਪਲੱਸ ਹੈਗਾ ਜੀ, 8 ਮਾਡਲ ਹੈ, 360,000 ਰੁਪਇਆ ਡਿਮਾਂਡ ਆ, ਅਗਲੇ ਬੰਨੇ ਜਿਹੜਾ ਨਿਊ ਹੋਲੈਂਡ ਦਾ ਵੇਟ ਬੈਂਪਰ ਦੇ ਵਿੱਚ ਵੇਟ ਲੱਗਾ ਹੁੰਦਾ ਉਹ ਲੱਗਾ ਹੋਇਆ ਜੀ। ਅਤੇ ਸਿੰਪਲ ਸਟੇਅਰਿੰਗ ਹੈ ਜੀ, ਚਾਰੇ ਟਾਇਰ, ਅਗਲੇ ਟਾਇਰ ਨਵੇਂ ਨੇ, ਮਗਰਲੇ ਟਾਇਰ 90% ਪਏ ਹੈ ਜੀ, 10% ਕਸੇ ਨੇ, ਤਾਂ ਵੀ ਤੁਹਾਨੂੰ ਆਖਿਆ ਬੇਦਾਗ ਪੱਕੇ ਟਾਇਰ ਹੈ ਜੀ, ਕੋਈ ਉਹ ਨਹੀਂ ਹੈਗਾ, ਕੱਟ ਵਗੈਰਾ ਨਹੀਂ ਹੈਗਾ, ਹਾਈ ਲੋ ਟਰੈਕਟਰ ਹੈ ਜੀ। ਜੇ ਰੰਗ ਰੋਗਨ ਦੀ ਗੱਲ ਕਰੀਏ, ਮਾਡਲ ਦੇ ਹਿਸਾਬ 'ਤੇ ਪੂਰਾ ਸਾਫ਼ ਪਿਆ, ਇੰਜਨ ਉਂਜਨ ਦਾ ਤੁਸੀਂ ਰੰਗ ਰੋਗਨ ਦੇਖ ਸਕਦੇ ਜੀ ਵੀਡੀਓ ਦੇ ਵਿੱਚ, ਪੂਰਾ ਸਾਫ਼ ਪਿਆ ਹੈ। ਅਤੇ ਸਾਰਿਆਂ ਨਾਲੋਂ ਵੱਡੀ ਗੱਲ, ਹਰਿਆਣੇ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਆਉਂਦੇ ਨੇ ਜੀ ਤਲਵੰਡੀ ਸਾਬੋ ਦੇ, ਅਤੇ ਹਰਿਆਣਾ ਨੰਬਰ ਤਾਂ ਮਿਲਣੇ ਹੀ ਮਿਲਣੇ ਨੇ, ਹਰਿਆਣੇ ਨੰਬਰ ਕਰਕੇ ਥੋੜ੍ਹਾ ਸਸਤਾ ਮਿਲ ਜਾਂਦਾ, ਨਹੀਂ ਤਾਂ ਇਹੀ ਟਰੈਕਟਰ ਪੰਜਾਬ 'ਚ ਬਹੁਤ ਮਹਿੰਗਾ ਮਿਲਦਾ। ਨਿਊ ਹੋਲੈਂਡ 3600 ਆਲ ਰਾਊਂਡਰ 2, ਠੀਕ ਹੈ ਜੀ, 16 ਮਾਡਲ ਹੈ, 460,000 ਰੁਪਇਆ ਡਿਮਾਂਡ ਹੈ। ਅਤੇ ਜੇ ਗੱਲ ਕਰੀਏ ਟਾਇਰਾਂ ਦੀ, ਮਗਰਲੇ ਟਾਇਰ ਬਿਲਕੁਲ ਨਵੇਂ ਨੇ, ਹਾਈ ਸਪੀਡ ਟਰੈਕਟਰ ਹੈ ਜੀ, ਅਤੇ ਕੰਡੀਸ਼ਨ ਬਿਲਕੁਲ ਸਾਫ਼ ਹੈ ਟਰੈਕਟਰ ਦੀ। ਅਤੇ ਹੁਣ ਆਪਾਂ ਨੰਬਰ ਵੀਡੀਓ ਦੇ ਵਿੱਚ ਵੀ ਦੇ ਦਿੰਦੇ ਹੁੰਦੇ ਹਾਂ, ਅਤੇ ਉੱਤੇ ਵੀ ਚਲਾ ਦਿੰਦੇ ਹੁੰਦੇ ਹਾਂ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ। ਗਰਾਊਂਡ ਸਪੀਡ PTO ਜੀ, ਪਾਵਰ ਸਟੇਅਰਿੰਗ ਟਰੈਕਟਰ ਹੈ, ਅਤੇ ਨੰਬਰ ਕਰ ਲਓ ਤੁਸੀਂ ਨੋਟ, ਆਹ ਨੰਬਰ ਨੇ ਜੀ, 3 ਨੰਬਰ ਨੇ। ਠੰਡ ਦਾ ਟਾਈਮ ਹੈ ਜੀ, ਤੁਹਾਡਾ ਵੀਡੀਓ ਹਿੱਲ ਰਹੀ ਆ, ਅਤੇ ਕਿਉਂਕਿ ਠੰਡ ਬਹੁਤ ਹੈ ਅੱਜ, ਅਤੇ ਤੁਸੀਂ 3 ਨੰਬਰ ਨੋਟ ਕਰ ਲਿਆ ਜੇ, ਅਤੇ ਬਾਕੀ ਆਪਾਂ 1 ਨੰਬਰ ਸਕਰੀਨ 'ਤੇ ਵੀ ਚਲਾ ਦੇਈਦਾ। ਅਗਲਾ ਟਰੈਕਟਰ ਹੈਗਾ ਨਿਊ ਹੋਲੈਂਡ 3650 HP ਦਾ ਟਰੈਕਟਰ ਹੈ ਜੀ, ਅਤੇ ਅਗਲੇ ਬੰਨੇ ਵੇਟ ਹੈ, 18 ਮਾਡਲ ਹੈ, 535,000 ਰੁਪਇਆ ਡਿਮਾਂਡ ਹੈ, ਚਾਰੇ ਟਾਇਰ ਨਵੇਂ ਦੇ ਬਰਾਬਰ ਨੇ, ਸਿਰਫ 10% ਹੀ ਚੱਲੇ ਨੇ, ਕੋਈ 5 ਜਾਂ 10%,
ਤੇ 3 ਸਪੀਡ ਟਰੈਕਟਰ ਆਲ ਰਾਊਂਡਰ ਹੈ ਜੀ। ਜੇ ਆਲ ਰਾਊਂਡਰ ਦੀ ਗੱਲ ਕਰੀਏ, ਆਲ ਰਾਊਂਡਰ 'ਚ ਆਪਦੇ ਫੀਚਰ ਨੇ, ਪਲੱਸ ਦੇ ਆਪਦੇ ਫੀਚਰ ਹੈ ਜੀ, 3630 ਸਪੈਸ਼ਲ ਐਡੀਸ਼ਨ ਦੇ ਆਪਦੇ ਫੀਚਰ ਨੇ। ਡਬਲ ਡਿਸਟ੍ਰੀਬਿਊਟਰ ਆਉਂਦਾ, ਸਾਈਡ ਤੇ ਪੰਪ ਲੱਗਿਆ ਆਉਂਦਾ ਜੀ। ਇਹ ਖਾਸੀਅਤ ਹੈਗੀ ਹੈ ਨਿਊ ਹੋਲੈਂਡ ਦੀ, ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਟਰੈਕਟਰ ਦਿੱਤੇ ਨੇ। ਬਾਕੀ ਕੰਡੀਸ਼ਨ ਦਾ ਤੇ ਸ਼ੋਅ ਦਾ ਪੂਰਾ ਸਾਫ਼ ਪਿਆ ਟਰੈਕਟਰ ਜੀ, ਇੱਕ ਨੰਬਰ ਰੋਗਣ ਪਿਆ। ਆ ਗਿਆ ਜੀ ਨਿਊ ਹੋਲੈਂਡ ਦਾ ਸੁਪਰ 3630 ਟਰੈਕਟਰ। ਹਾਰਨ ਬਾਹਰ ਹੀ ਲਾ ਰੱਖਿਆ ਬਾਈ ਨੇ, ਐਕਸਟਰਾ 2 ਲੱਗੇ ਹੋਏ ਨੇ। 14 ਮਾਡਲ ਹੈ, ਟੌਪ ਮਾਡਲ ਦੇ ਵਿੱਚ ਆ, 475 ਡਿਮਾਂਡ ਹੈ ਤੇ ਪਾਵਰ ਸਟੀਅਰਿੰਗ ਆ, ਟਾਇਰ ਨਵੇਂ ਨੇ। ਠੀਕ ਹੈ ਜੀ, ਜੇ ਟਾਇਰਾਂ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਬੇਦਾਗ, ਬੇਕੱਟ, ਜਮਾਂ ਕੋਈ ਕੱਟ ਵਗੈਰਾ ਨਹੀਂ ਹੈਗਾ। ਆ ਜਿਹੜੀ ਇਹਦੇ ਉਵੇਂ ਹੀ ਨੇ, ਵੈਸੇ ਹੀ ਨੇ, ਕੋਈ ਇਹ ਨਹੀਂ ਹੈਗਾ ਵੀ ਘੱਟ ਹੈ, ਡਿਜ਼ਾਇਨ ਹੈ ਕੰਪਨੀ ਵੱਲੋਂ। ਅਤੇ ਜੇ ਗੱਲ ਕਰੀਏ ਸਪੀਡ ਦੀ, ਹਾਈ ਲੋ ਮੀਡੀਅਮ ਟਰੈਕਟਰ ਹੈ, ਡਬਲ ਡਿਸਟ੍ਰੀਬਿਊਟਰ ਹੈ, ਸਾਈਡ ਜੈਕ ਲੱਗਾ ਆਉਂਦਾ ਪਰ ਇਹਦੇ ਨਹੀਂ ਲੱਗਾ ਹੋਇਆ ਜੈਕ। ਠੀਕ ਹੈ ਜੀ, ਕਿਸੇ ਨਿਊ ਹੋਲੈਂਡ ਦੇ ਨਹੀਂ ਵੀ ਲੱਗਾ। ਅਤੇ ਜੇ ਗੱਲ ਕਰੀਏ ਮੌਕੇ 'ਤੇ ਜਿਹੜਾ ਮਾਨਤਾ ਨੇ ਉਹ ਕਰ ਦਿੰਦੇ ਨੇ ਬਾਈ, ਉਹ ਕੋਈ ਗੱਲ ਨਹੀਂ ਹੁੰਦੀ। ਜਿਵੇਂ 475 ਹੈ, ਥੋੜ੍ਹਾ ਬਹੁਤਾ ਟੁੱਟਦੇ ਨੇ, ਬਾਕੀ ਤੁਸੀਂ ਵੀ ਥੋੜ੍ਹਾ ਬਹੁਤਾ ਆਪਦੇ ਹਿਸਾਬ 'ਤੇ ਰੇਟ ਲਾਉਣਾ, ਚੀਜ਼ ਨੂੰ ਵੇਖ ਕੇ ਲਾਉਣਾ ਹੁੰਦਾ ਰੇਟ। ਵੀਡੀਓ ਨੂੰ ਸ਼ੇਅਰ ਕਰਿਆ ਜੇ, ਵੀਡੀਓ ਨੂੰ ਸ਼ੇਅਰ ਕਰਕੇ ਆਓਗੇ ਤਾਂ ਉਹ ਕਰ ਦੇਣਗੇ ਬਾਈ ਮਾਨਤਾ ਤੁਹਾਡਾ। ਅਤੇ ਨਿਊ ਹੋਲੈਂਡ 5500 ਦੇ ਬਹੁਤ ਫੈਨ ਨੇ, 11 ਮਾਡਲ ਹੈ, 525 ਡਿਮਾਂਡ ਹੈ, 525 ਡਿਮਾਂਡ ਹੈ। ਅਤੇ ਪਾਵਰ ਸਟੀਅਰਿੰਗ ਟਰੈਕਟਰ ਹੈ, ਬਿਲਕੁਲ ਸਾਫ਼ ਪਿਆ, ਇੰਜਨ ਬਾਡੀ ਦਾ ਬਿਲਕੁਲ ਸਾਫ਼ ਪਿਆ ਟਰੈਕਟਰ। ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ। ਹਾਈ ਲੋ ਮੀਡੀਅਮ ਟਰੈਕਟਰ ਹੈ ਜੀ, ਬਿਲਕੁਲ ਸਾਫ਼ ਕੰਡੀਸ਼ਨ ਦਾ। ਦੇਖੋ ਜੀ ਬਾਡੀ ਲੈਣ ਦਾ ਇੱਕ ਨੰਬਰ ਪਿਆ ਹੈ, ਹਜੇ ਮੰਡੀ ਭਰੀਚੀ ਨਹੀਂ ਗਈ। ਆਹ ਟਰੈਕਟਰ ਆਈ ਤੁਰੇ ਜਾਂਦੇ ਨੇ, 11 ਵੱਜ ਗਏ, ਠੰਡ ਦਾ ਟਾਈਮ ਹੈ, ਤਾਂ ਕਰਕੇ ਮੰਡੀ ਹੁਣ ਥੋੜ੍ਹੀ ਜਿਹੀ ਲੇਟ ਹੁੰਦੀ ਆ, ਕਿਉਂਕਿ ਟਰੈਕਟਰ ਲੇਟ ਆਉਂਦੇ ਨੇ ਠੰਡ ਕਰਕੇ। ਸਾਰੇ ਟਰੈਕਟਰ ਦੇ ਨੰਬਰ ਵੀ ਦੇਈਦੇ ਨੇ, ਇੱਥੋਂ ਤੱਕ ਅਗਾਂਹ ਵੀ ਨੰਬਰ ਦੇਈਦੇ ਨੇ। ਹੁਣ ਆਪਾਂ ਨਿਊ ਹੋਲੈਂਡ ਦਾ ਸਟੋਕ ਸਾਰਾ ਦਿਖਾਈ ਜਾਂਦੇ ਹਾਂ। 32-30 ਟਰੈਕਟਰ ਆ ਗਿਆ ਨਿਊ ਹੋਲੈਂਡ ਦਾ ਪਲੱਸ। ਇਹ ਵੀ ਟਰੈਕਟਰ ਕਾਫੀ ਕਾਮਯਾਬ ਹੈ, 21 ਮਾਡਲ ਹੈ, 560 ਡਿਮਾਂਡ ਹੈ, ਪਾਵਰ ਸਟੀਅਰਿੰਗ ਹੈ, 4 ਟਾਇਰ ਨਵੇਂ ਨੇ, ਹਾਈ ਸਪੀਡ ਦੇ ਨਾਲ ਹੈ, ਤੇ ਸੀਟ ਨਵੀਂ ਹੈ ਬਿਲਕੁਲ ਕੰਪਨੀ ਨਾਲ ਦੀ। ਤੇ ਅਗਲਾ ਟਰੈਕਟਰ ਹੈਗਾ ਨਿਊ ਹੋਲੈਂਡ ਦਾ 50 HP ਦੇ ਵਿੱਚ, ਜੇ ਗੱਲ ਕਰੀਏ ਇਹ ਹੈਗਾ ਜੀ 19 ਮਾਡਲ ਹੈ, 5,90,000 ਰੁਪਇਆ ਡਿਮਾਂਡ ਹੈ, 4 ਟਾਇਰ ਬਿਲਕੁਲ ਓਕੇ ਨੇ, 3 ਸਪੀਡਾਂ, ਹਾਈ ਲੋ ਮੀਡੀਅਮ, ਰੰਗ ਰੋਗਨ ਦਾ ਬਿਲਕੁਲ, ਬਾਡੀ ਲੈਣ ਦਾ ਸਾਫ਼ ਹੈ ਟਰੈਕਟਰ। ਅਤੇ ਡਬਲ ਡਿਸਟ੍ਰੀਬਿਊਟਰ ਹੈ, ਡਬਲ ਡਿਸਟ੍ਰੀਬਿਊਟਰ ਹੈ, ਦੇਖ ਸਕਦੇ ਜੇ। ਅਤੇ ਹਜੇ ਟਰੈਕਟਰ ਆਈ ਜਾਂਦੇ ਨੇ, ਅਤੇ ਨਿਊ ਹੋਲੈਂਡ 3600 ਸਾਹਮਣੇ ਆਪਣੇ 3 ਟਰੈਕਟਰ ਨਿਕਲ ਗਏ, ਇੱਕ ਆਹ ਖੜਾ, ਇੱਕ ਅਗਲੇ ਬੰਨੇ, ਇੱਕ ਉਹ ਹਜੇ ਬਾਈ ਨੇ ਲੈ ਕੇ ਖਿਲਾ ਰਿਹਾ। ਠੀਕ ਹੈ ਜੀ, ਟਰੈਕਟਰ ਅਜੇ ਬਹੁਤ ਆਉਂਦੇ ਪਏ, ਮੰਡੀ ਬਹੁਤ ਫੁੱਲ ਭਰੀ ਹੋਈ ਅੱਜ, ਟਰੈਕਟਰ ਤੁਸੀਂ ਦੇਖ ਸਕਦੇ ਸਾਹਮਣੇ, ਆਹ ਸਾਰੀ ਲੈਣ ਇੱਧਰ ਵੀ ਭਰੀ ਜਾਣੀ ਆ। ਆਲ ਰਾਊਂਡਰ ਨਿਊ ਹੋਲੈਂਡ 3600 50 HP ਦੇ ਵਿੱਚ, ਮਿਊਜ਼ਿਕ ਸਿਸਟਮ ਉੱਤੇ ਲੱਗਾ ਹੋਇਆ, 15 ਮਾਡਲ ਹੈ, ਲਾਈਟਾਂ ਅਗਲੇ ਬੰਨੇ ਲੱਗੀਆਂ ਹੋਈਆਂ ਨੇ, 4,60,000 ਰੁਪਇਆ ਡਿਮਾਂਡ ਹੈ। ਜੇ ਗੱਲ ਕਰੀਏ ਹਾਈ ਲੋ ਮੀਡੀਅਮ ਹੈ ਜੀ, ਸਾਫ਼ ਦੇ ਸਕਦੇ ਕਿੰਨਾ ਟਰੈਕਟਰ ਤੁਹਾਡੇ ਸਾਹਮਣੇ ਆ। ਹੁਣ ਆਹ ਟਰੈਕਟਰ ਡਬਲ ਡਿਸਟ੍ਰੀਬਿਊਟਰ ਆਏ ਨੇ, ਪੰਪ ਇਹਨਾਂ ਦੇ ਲੱਗੇ ਨਹੀਂ ਆਏ ਜੀ, ਜੇ ਲੱਗੇ ਆਏ ਤਾਂ ਹੈ ਨਹੀਂ ਗਾ, ਪੰਪ ਲੱਗੇ ਹੀ ਨਹੀਂ ਆਏ, ਪਰ ਇਹਨਾਂ ਦੇ ਉਹ ਦਿੱਤਾ ਹੀ ਨਹੀਂ ਹੋਇਆ। ਠੀਕ ਹੈ ਜੀ, ਥਾਂ ਨਹੀਂ ਦਿੱਤਾ ਹੋਇਆ ਉਸ ਹਿਸਾਬ ਦੇ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ ਵੱਧ ਤੋਂ ਵੱਧ ਲੋਕਾਂ ਤੱਕ, ਨਿਊ ਹੋਲੈਂਡ ਸੁਪਰ 3630। ਜਿਹੜੇ ਲੋਕ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਆਪਣੇ ਇਹ ਵੀਡੀਓ ਬਹੁਤ ਆਉਂਦੀਆਂ ਨੇ ਟਰੈਕਟਰਾਂ ਬਾਰੇ, ਅਤੇ ਜਿੰਨੀ ਜਾਣਕਾਰੀ ਹੁੰਦੀ ਹੈ ਸਾਰੀ ਦੇਈ ਦੀਏ। ਅਤੇ 4,60,000 ਰੁਪਇਆ ਡਿਮਾਂਡ ਹੈ, ਮਾਡਲ ਹੈਗਾ 13, ਅਤੇ ਪਾਵਰ ਸਟੀਅਰਿੰਗ ਟਰੈਕਟਰ ਹੈ ਜੀ। ਅਤੇ ਪਾਵਰ ਸਟੀਅਰਿੰਗ ਦੇ ਵੀ ਬੜੇ ਫਾਇਦੇ ਨੇ, ਜਿਵੇਂ ਮਰਜ਼ੀ ਮੋੜ ਲਓ, ਸੌਖਾ ਮੋੜ ਜਾਂਦਾ, ਸਿੰਪਲ ਸਟੀਅਰਿੰਗ ਤਾਂ ਬੰਦੇ ਨੂੰ ਬਹੁਤ ਥਕਾ ਦਿੰਦਾ, ਪਾਵਰ ਸਟੀਅਰਿੰਗ ਬੰਦੇ ਨੂੰ ਥੱਕਣ ਨਹੀਂ ਦਿੰਦਾ। ਅਤੇ ਜੇ ਟਾਇਰਾਂ ਦੀ ਗੱਲ ਕਰੀਏ, ਨਵੇਂ ਟਾਇਰ ਨੇ, ਨਵੇਂ, ਠੀਕ ਹੈ, ਟਾਇਰ ਨਵੇਂ ਨੇ ਲਗਭਗ। ਤੁਹਾਨੂੰ ਇੱਧਰੋਂ ਮੈਂ
ਵੀ 15 ਤੋਂ 16 ਟਰੈਕਟਰ ਦਿਖਾ ਚੁੱਕੇ ਹਾਂ, ਅਗਲੇ ਬੰਨੇ ਹੋਰ 15-16 ਕਵਰ ਕਰਾਂਗੇ। ਵੀਡੀਓ ਨਾਲ ਬਣੇ ਰਹੇ। ਨਿਊ ਹੋਲੈਂਡ 5500 ਤੀਜਾ ਟਰੈਕਟਰ ਆ ਗਿਆ ਵੀਡੀਓ ਦੇ ਵਿੱਚ, 9 ਮਾਡਲ, 3,40,000 ਰੁਪਇਆ ਡਿਮਾਂਡ ਹੈ, 3,40,000 ਰੁਪਇਆ ਡਿਮਾਂਡ ਹੈ। ਇਹ ਸਿੰਪਲ ਸਟੀਅਰਿੰਗ ਦੇ ਵਿੱਚ ਆ, ਓਇਲ ਇੰਪ੍ਰੈਸਡ ਡਿਸਕ ਬ੍ਰੇਕ ਹੈ ਜੀ, ਠੀਕ ਹੈ ਜੀ। ਅਤੇ ਇਹ ਤੀਜਾ ਟਰੈਕਟਰ ਹੈ, ਸੇਮ ਮਾਡਲ ਵੇਖ ਲਿਆ ਜੀ, ਮਗਰ ਕਿਹੜੇ ਕਿਹੜੇ ਮੈਂ ਬੋਲ ਗਿਆ, ਇਹ ਵੇਟ ਲੱਗਾ ਹੋਇਆ ਅਗਲੇ ਬੰਨੇ, ਬੈਂਪਰ ਇਲਾਵਾ ਵੇਟ ਵੀ ਹੈਗਾ। 3630 ਨਿਊ ਹੋਲੈਂਡ ਸਪੈਸ਼ਲ ਐਡੀਸ਼ਨ, ਅਤੇ ਉਤਲੇ ਬੰਨੇ ਫਾਈਬਰ ਛਤਰੀ ਲੱਗੀ ਹੋਈ ਆ। ਅਤੇ ਜੇ ਗੱਲ ਕਰੀਏ 21 ਮਾਡਲ ਹੈ, 7,25,000 ਰੁਪਇਆ ਟੋਪ ਮਾਡਲ ਜਿਹਨੂੰ ਕਹਿ ਦਿੰਦੇ ਨੇ, ਟੋਪ ਮਾਡਲ, ਨਵੇਂ ਸਾਲ ਦੇ ਰੇਟ ਆ ਗਏ, ਨਵੇਂ ਸਾਲ ਦੀ ਮੰਡੀ ਆ ਗਈ ਜੀ। ਵੀਡੀਓ ਨੂੰ ਸ਼ੇਅਰ ਕਰ ਦਿਉ। 3 ਸਪੀਡਾਂ ਸਪੈਸ਼ਲ ਐਡੀਸ਼ਨ ਦੇ ਵਿੱਚ, ਹਾਈ, ਲੋ, ਮੀਡੀਅਮ। ਜੇ ਗੱਲ ਕਰੀਏ ਛਤਰੀ ਉੱਤੇ ਲੱਗੀ ਹੋਈ ਹੈ ਫਾਈਬਰ ਵਾਲੀ, ਯੂ ਲੱਗੀ ਹੋਈ ਆ, ਹੁੱਡ ਜਿਹਨੂੰ ਕਹਿ ਦਿੰਦੇ ਨੇ, ਹੁੱਡ ਵੀ ਕਹਿ ਦਿੰਦੇ ਨੇ, ਯੂ ਵੀ ਕਹਿ ਦਿੰਦੇ ਨੇ। ਹਾਂ, ਇੱਧਰ ਦੇਖੋ ਜੀ, ਆਪਣਾ ਡਬਲ ਡਿਸਟ੍ਰੀਬਿਊਟਰ ਵੀ ਹੈ, ਅਤੇ ਜੈੱਕ ਵੀ ਲੱਗਾ ਹੋਇਆ। ਹੁਣ ਟੋਪ ਮਾਡਲ ਦੇ ਵਿੱਚ ਜੈੱਕ ਵੀ ਲੱਗਾ ਹੋਇਆ। ਨਿਊ ਹੋਲੈਂਡ ਆਲ ਰਾਊਂਡਰ 3650 HP ਦਾ ਟਰੈਕਟਰ ਹੈ, ਜੇ ਗੱਲ ਕਰੀਏ 50 HP ਦੇ ਟਰੈਕਟਰ ਦੀ। ਅਤੇ ਅਗਲੇ ਬੰਨੇ ਫਿਰ ਨੰਬਰ ਤੁਹਾਨੂੰ ਦੁਬਾਰਾ ਦੱਸ ਦਿੰਦੇ, ਵੀਡੀਓ ਦੇ ਉੱਤੇ ਵੀ ਚਾਲੂ ਹੋਣਗੇ। 18 ਮਾਡਲ ਹੈ, 5,40,000 ਰੁਪਇਆ ਡਿਮਾਂਡ ਹੈ, ਜੇ ਡਿਮਾਂਡ ਦੀ ਗੱਲ ਕਰੀਏ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਅਤੇ ਟਾਇਰ ਬਿਲਕੁਲ ਪੱਕੇ ਵੇਦ ਆ ਗਿਆ ਜੀ, ਅਤੇ ਬਹੁਤ ਰਾਈਡਰ ਦਿਖਾਤੇ ਜੀ। ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ, ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਤੁਸੀਂ ਸਾਨੂੰ ਇਹ ਦੱਸੋ ਪੰਜਾਬੀ 'ਚ ਵੀਡੀਓ ਬਣਾਈਏ, ਹਿੰਦੀ 'ਚ ਬਣਾਈਏ, ਅਤੇ ਵੀਡੀਓ ਦੀ ਲੈਂਥ ਜਿਹੜੀ ਲੰਬਾਈ ਕਿੰਨੀ ਰੱਖੀਏ, ਕਿੰਨੀ ਲੰਬਾਈ ਤੁਸੀਂ ਵੇਖਣਾ ਚਾਹੁੰਦੇ ਜੇ। ਜੇ ਤੁਸੀਂ ਆਖੋਗੇ ਬਈ ਇੰਨੀ ਲੈਂਥ ਰੱਖਣੀ ਆ ਆਪਾਂ, ਓਨੀ ਵੀਡੀਓ ਪਾਵਾਂ ਕਰਾਂਗੇ। ਕਮੈਂਟ ਜ਼ਰੂਰ ਕਰਿਆ ਕਰੋ ਕਿਹੜੇ ਏਰੀਏ ਤੋਂ ਦੇਖਦੇ ਜੇ, ਕਿਉਂਕਿ ਹੌਸਲਾ ਵੱਧਦਾ ਹੈ ਕਿ ਆਪਣੇ ਇੰਨੀ ਦੋਸਤ ਦਾ ਲਿੰਕ ਵੱਧਦੇ ਨੇ, ਠੀਕ ਹੈ ਜੀ। ਅਤੇ ਮੰਡੀ ਕਾਫੀ ਭਰੀ ਹੋਈ ਹੈ, ਧੁੰਦ ਅੱਜ ਘੱਟ ਹੈ ਪਰ ਠੰਡ ਬਹੁਤ ਜ਼ਿਆਦਾ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ, ਧੰਨਵਾਦ।